ਮੈਂ ਕਾਰ ਲਿਆਉਣਾ ਕੱਢ ਕੇ, ਇੱਕ ਮਿੰਟ ਰੁਕ ਜਾ, ਕੋਈ ਨੀ ਕੋਈ ਨੀ। ਇਹ ਤਸਵੀਰਾਂ ਉਸ ਪਿੰਡ ਦੀਆਂ ਨੇ ਜਿਸ ਪਿੰਡ ਦੇ ਵਿੱਚ ਰੂੜੀ ਨੂੰ ਲੈ ਕੇ ਫਾਇਰਿੰਗ ਹੋਈ। ਨੌਜਵਾਨ ਦੀ ਲੱਤ ਦੇ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ ਨੇ। ਆਂਢ ਗੁਆਂਢ ਦੇ ਵਿੱਚ ਵੈਰ ਪੈ ਗਿਆ। ਦਰਅਸਲ ਪੰਚਾਇਤ ਵੱਲੋਂ ਜੋ ਜਗ੍ਹਾ ਅਲਾਟ ਕਰਕੇ ਦਿੱਤੀ ਹੋਈ ਹੈ, ਉਸ ਜਗ੍ਹਾ ਤੇ ਇਸ ਸ਼ਖਸ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਆਪਣੇ ਪਿਤਾ ਦੀ ਸ਼ਹਿ ਤੇ, ਕਿਉਂਕਿ ਸਿਆਸੀ ਸ਼ਹਿ ਹੈ ਜਿਸ ਨੂੰ ਲੈ ਕੇ ਇਸ ਨੌਜਵਾਨ ਦੇ ਵੱਲੋਂ ਇਹ ਸਾਰੀ ਰੂੜੀ ਨੂੰ ਗਲੀ ਦੇ ਵਿੱਚ ਖਿਲਾਰਿਆ ਗਿਆ। ਔਰ ਜਦੋਂ ਦੂਜੀ ਧਿਰ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਨੌਜਵਾਨ ਦੀ ਲੱਤ ਦੇ ਵਿੱਚ ਗੋਲੀ ਮਾਰੀ ਗਈ। ਫਿਲਹਾਲ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਮ੍ਰਿਤਸਰ ਦੇ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਭਾਕਣੇ ਦਾ ਇਹ ਪੂਰਾ ਮਾਮਲਾ ਹੈ। ਪੰਚਾਇਤ ਵੱਲੋਂ ਅਲਾਟ ਕੀਤੀ ਜਗ੍ਹਾ ਦੇ ਵਿੱਚ ਰੂੜੀ ਸੁੱਟੀ ਗਈ ਸੀ ਔਰ ਇਹ ਨੌਜਵਾਨ ਨੇ ਉਸ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਔਰ ਉਸੇ ਨੂੰ ਲੈ ਕੇ ਵਿਰੋਧੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਬੇਖੌਫ ਹੋ ਕੇ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਲੋਕਾਂ ਦੇ ਵੱਲੋਂ ਇਸ ਨੌਜਵਾਨ ਔਰ ਇਸ ਦੇ ਪਿਤਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਹਾ ਵੀ ਸਾਡੇ ਮੁੰਡੇ ਦੇ ਗੋਲੀਆਂ ਮਾਰੀਆਂ ਇਹਨਾਂ ਨੇ, ਸਾਡੇ ਸਾਰੇ ਟੱਬਰ ਨੂੰ ਮਾਰਨ ਲੱਗੇ ਹੋਏ, ਸਾਡੇ ਲਾਗੇ ਘਰ ਦੇ ਲਾਗੇ ਨਾਲ ਹੀ ਆ ਜਿਹਨਾਂ ਨੇ ਸਾਡੇ ਗੋਲੀਆਂ ਮਾਰੀਆਂ। ਅਸੀਂ ਰੂੜੀ ਤੋਂ ਆਨੇ ਵੀ ਅਸੀਂ ਪੰਚਾਇਤ ਨੂੰ ਇਕੱਠੇ ਕਰਦੇ ਹਾਂ ਅਤੇ ਇਹਨਾਂ ਨੇ ਸਾਡੇ 'ਤੇ ਪਹਿਲੋਂ ਹਮਲਾ ਬੋਲਦਾ ਅਤੇ ਗੋਲੀਆਂ ਮਾਰਦਾ ਸਾਡੇ ਮਤਲਬ ਪਹਿਲੋਂ ਸਾਡੇ ਘਰ ਨੂੰ ਮਾਰੀਆਂ ਗੋਲੀਆਂ, ਗਲੀ 'ਚ ਮਾਰੀਆਂ ਗੋਲੀਆਂ, ਮੁੰਡੇ ਨੇ ਮਾਰੀਆਂ, ਸਰਬਜੀਤ ਦੇ ਮੁੰਡੇ ਨੇ ਮਾਰੀਆਂ। ਸੁਮਨ ਪ੍ਰੀਤ ਉਹਦਾ ਨਾਂ। ਨਹੀਂ ਉਹ ਬੰਦਾ ਕੌਣ ਹੈ, ਲੀਡਰਾਂ ਨਾਲ ਸੰਬੰਧ ਰੱਖਦਾ ਜਾਂ ਕਿੰਨਾ ਰੱਖਦਾ? ਲੀਡਰਾਂ ਰੱਖਦੇ ਹੈ ਜ਼ਿਆਦਾ। ਆਹ ਲੀਡਰਾਂ ਰੱਖਦੇ, ਆਮ ਪਾਰਟੀ ਦੇ ਇਹ ਪਾਰਟੀ ਕਰਕੇ ਇਹ ਕਰਦੇ ਸਾਰਾ ਸਾਰੇ ਪਿੰਡ ਦੇ ਵਿੱਚ ਇਹਨਾਂ ਖੈਰ ਪਾਈ ਇਹਨਾਂ ਨੇ ਬਹੁਤ ਜ਼ਿਆਦਾ। ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਕਹਿੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ। ਲੱਗਦਾ ਜਿਹੜਾ ਰਿਵੋਲਵਰ 2 ਨੰਬਰੀ ਸੀ ਜਾਂ 1 ਨੰਬਰੀ ਸੀ? ਉਹ ਤਾਂ ਉਹ ਜਾਣਨਾ ਕੀ ਕਿੱਥੋਂ ਲਿਆਦਾ, ਕੀ ਕੀਤਾ ਇਹਨਾਂ ਨੇ, ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ ਬਹੁਤ ਜ਼ਿਆਦਾ ਇਹਨਾਂ ਨੇ, ਸਾਡੇ ਸਾਰੇ ਜੀਆਂ ਜਾਂਦਾ ਨੂੰ ਮਾਰਦੇ ਲੱਗੇ ਸੀ। ਮੇਰੇ ਜੇਠ ਦਾ ਪੁੱਤਰ ਆ ਜੀ, ਰੂੜੀ ਦੀ ਗੱਲ ਸੀ, ਰੂੜੀ ਤੋਂ ਹੀ ਚੱਲ ਰਿਹਾ ਸੀ ਕੰਮ ਅਤੇ ਉਹ ਫਟਾਫਟ ਨੋਰਮਲ ਝਗੜੇ ਹੋਣ ਦੇ ਬਾਵਜੂਦ ਫਟਾਫਟ ਉਹ ਰਿਵਾਲਵਰ ਕੱਢ ਲਿਆ, ਜੋ ਕਿ ਸਾਨੂੰ ਲੱਗਦਾ ਵਾ ਵੀ ਉਹਦੇ ਪਿਤਾ ਦੀ ਸ਼ਹਿ ਵਾ, ਉਹਦੇ ਪਿਤਾ ਦੀ ਸ਼ਹਿ ਨੇ ਉਹਨੇ ਲਲਕਾਰਾ ਮਾਰਿਆ, ਉਹਨੇ ਕਿਹਾ ਫੜ ਲੈ ਨਾਈਆਂ ਨੂੰ, ਜਾਣਾ ਦਿਓ ਸੁੱਕੇ। ਇਹੋ ਹੀ ਕਹਿੰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ। ਸਾਨੂੰ ਪਤਾ ਲੱਗਾ ਸੀ ਵੀ ਇਹ ਦੋਵਾਂ ਧਿਰਾਂ ਦਾ ਕੁਛ ਬਰੋਬਰੇ ਲੱਗੇਗਾ, ਜੋ ਕਿ ਬਰੋਬਰੇ ਨਹੀਂ ਹੋਣਾ ਚਾਹੀਦਾ। ਕ੍ਰੋਸ ਪਰਚਾ ਨਹੀਂ ਅਸੀਂ ਹੁਣ ਦੇਣਾ, ਅਸੀਂ ਇੱਕ ਦੇਰ ਪਰਚਾ ਹੋਊਗਾ। ਉਹਨਾਂ ਨੇ ਗੋਲੀ ਚਲਾਈ ਆ, ਜੋ ਕਿ ਸਾਡੇ ਬੰਦੇ ਕੁਛ ਨਹੀਂ ਕੀਤਾ। ਲਾਇਸੈਂਸ ਹੀ ਆ, ਔਰ ਪਤਾ ਲੱਗਾ ਵੀ ਉਹਦਾ ਪਿਤਾ ਦਾ ਨਾਮ ਆ, ਉਹਨੂੰ ਲਾਇਸੈਂਸ ਨੂੰ ਜ਼ਬਤ ਕੀਤਾ ਜਾਵੇ ਅਤੇ ਜੋ ਕਿ ਹੋਰ ਵੀ ਕਿਸੇ 'ਤੇ ਵਾਕਿਆ ਨਾ ਕਰੋ। ਮੇਰੇ ਸਾਲੇ ਦੇ ਲੜਕੇ ਨੇ ਗੋਲੀ ਮਾਰੀ, ਇੱਥੇ ਉਕਤ ਵਿਅਕਤੀ ਨੇ ਝਗੜਾ ਕੀ ਆ ਜੀ, ਰੂੜੀਆਂ ਦਾ ਥਾਂ ਪੰਚਾਇਤ ਨੇ ਛੱਡਿਆ, ਉਕਤ ਵਿਅਕਤੀ ਨੇ ਅੱਧਾ ਥਾਂ ਅੱਗੇ ਵੜ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ, ਦੂਜੀ ਅੱਧੇ 'ਤੇ ਕਬਜ਼ਾ ਕਰਨ ਲੱਗਾ ਸੀ ਅਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ, ਰੂੜੀਆਂ ਦਿੱਤੀਆਂ, ਅਸੀਂ ਇਹ ਮਤਲਬ ਕਿ ਰੂੜੀਆਂ ਜਿਹੜੀਆਂ ਵਾ ਇਹ ਸਾਨੂੰ ਇੱਥੇ ਸੁੱਟਣ ਦਿਓ। ਉਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਿਲਾਰਤੀ, ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ, ਵਿਅਕਤੀ ਦੇ ਪਿਓ ਨੇ ਲਲਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਉਹਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ। ਉਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੰਸੀ ਰਿਵਾਲਵਰ ਨਾਲ ਬਲਜੀਤ ਸਿੰਘ ਦੀ ਲੱਤ ਵਿੱਚ 2 ਬੁਲਟ ਮਾਰੇ, ਜਦੋਂ ਕੋਈ 6 ਤੋਂ 7 ਫਾਇਰ ਕੀਤੇ, ਰਾਊਂਡ ਫਾਇਰ ਕੀਤੇ ਨੇ।
ਪੁਲਿਸ ਪ੍ਰਸ਼ਾਸਨ ਸਰਬਜੀਤ ਸਿੰਘ ਦੀ ਮਦਦ ਕਰਨ ਡਿਆ। ਉਹਨਾਂ ਸੁਮਨਦੀਪ ਸਿੰਘ 'ਤੇ ਐਫ ਆਈ ਆਰ ਦਰਜ ਕਰਤੀ ਆ ਕਿ ਜਿਹੜੇ ਪਰਿਵਾਰ 'ਤੇ ਗੋਲੀ ਵੱਜੀ ਆ ਉਸ ਪਰਿਵਾਰ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ। ਇਹ ਨਹੀਂ ਪਤਾ ਵੀ ਸਾਨੂੰ ਕਾਹਦਾ ਦਬਾਅ ਆ, ਸਰਕਾਰ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ, ਜਾਂ ਲਕਸ਼ਮੀ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ। ਮੁਕਦਮਾ ਅੰਡਰ ਇਨਵੈਸਟੀਗੇਸ਼ਨ ਹੈ। ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ, ਉਹਨੂੰ ਆਪਾਂ ਅਰੈਸਟ ਕਰ ਲਿਆ ਜੀ। ਠੀਕ ਹੈ ਜੀ। ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਨੂੰ ਵਿੱਚ ਬਚਿਆ ਜਾਵੇ, ਉਹਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣ। ਪਰਿਵਾਰ ਦਾ ਕਹਿਣਾ ਕਿ ਉਹਨਾਂ ਦਾ ਪਿਓ ਵੀ ਨਾਲ ਸੀ। ਮੈਂ ਤਾਂ ਹੀ ਬਰਦਰ ਤੁਹਾਨੂੰ ਇਹ ਗੱਲ ਕਹਿ ਰਿਹਾ ਨਾ ਜੀ, ਉਹ ਆਪਾਂ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ। ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਵੇ। ਸਰ ਜਿਹੜੀ ਰਿਵੋਲਵਰ ਨਾਲ ਗੋਲੀ ਚਲਾਈ ਉਹ ਕਬਜ਼ੇ 'ਚ ਲਿੱਤੀ ਗਈ? ਹਾਂ, ਲੈ ਲਿਆ ਜੀ ਸਭ ਕੁਝ। ਕਿ ਉਹ ਲਾਇਸੈਂਸ ਰੱਦ ਹੋਏਗਾ? ਹਾਂ ਬਿਲਕੁਲ ਜੀ, ਬਿਲਕੁਲ ਲਿਖ ਕੇ ਭੇਜ ਦਿੱਤਾ। ਨਹੀਂ ਉਹ ਲਾਇਸੈਂਸ ਹੀ, ਹਾਂ ਜੀ ਲਾਇਸੈਂਸ ਜਿਹੜਾ ਉਹ ਰੱਦ ਕਰਨ ਵਾਸਤੇ ਭੇਜ ਦਿੱਤਾ ਜੀ। ਮੁੰਡੇ ਦਾ ਆਪਾਂ ਰੱਦ ਕਰਨ ਵਾਸਤੇ ਭੇਜ ਦਿੱਤਾ। ਨਹੀਂ, ਕਿਹਦੇ ਨਾਂ 'ਤੇ ਸੀ ਉਹ? ਮੁੰਡੇ ਦੇ ਨਾਂ 'ਤੇ ਸੀ।